ਨਾ ਕਰੋ ਨਾ ਕਰੋ ਨਾ ਕਰੋ, ਆ ਕੰਮ ਨਾ ਕਰੋ, ਸਾਡੀ ਵੀਡੀਓ ਨਾ ਬਣਾਓ। ਦਰਅਸਲ ਫਗਵਾੜਾ ਦੇ ਵਿੱਚ ਪੁਲਿਸ ਨੇ ਇੱਕ ਸਪਾ ਸੈਂਟਰ ਦੇ ਵਿੱਚ ਕੀਤੀ ਹੈ ਛਾਪਾਮਾਰੀ। ਉੱਥੋਂ ਕੁਛ ਕੁੜੀਆਂ ਨੂੰ ਹਿਰਾਸਤ ਵਿੱਚ ਲਿੱਤਾ ਅਤੇ ਮੌਕੇ 'ਤੇ ਜਦੋਂ ਉਹਨਾਂ ਦੀ ਵੀਡੀਓ ਬਣਾਉਣੀ ਸ਼ੁਰੂ ਹੋ ਗਈ ਤਾਂ ਕੁੜੀਆਂ ਨੇ ਇਤਰਾਜ਼ ਜਤਾਇਆ। ਹਾਲਾਂਕਿ ਪੁਲਿਸ ਨੇ ਮੈਡੀਕਲ ਕਰਵਾ ਕੇ ਉਹਨਾਂ ਦੀ ਗ੍ਰਿਫਤਾਰੀ ਪਾ ਦਿੱਤੀ ਹੈ। ਉਹਨਾਂ ਦੇ ਖਿਲਾਫ਼ ਮੁਕੱਦਮਾ ਵੀ ਦਰਜ ਹੋ ਗਿਆ ਹੈ। ਸੋ ਆਓ ਤੁਹਾਨੂੰ ਦਿਖਾਉਂਦੇ ਹਾਂ ਕਿਵੇਂ ਹੋਈ ਗ੍ਰਿਫਤਾਰੀ। ਜੇਕਰ ਫਗਵਾੜਾ ਪੁਲਿਸ ਦੀ ਮੰਨੀਏ ਅਤੇ ਉਹਨਾਂ ਨੂੰ ਸੂਚਨਾ ਮਿਲੀ ਸੀ ਕਿ ਇਲਾਕੇ 'ਚ ਸਪਾ ਸੈਂਟਰ ਦੀ ਆਰਚ ਹੋ ਰਿਹਾ ਹੈ ਕੰਮ। ਇਸ ਤੋਂ ਬਾਅਦ ਪੁਲਿਸ ਦੀਆਂ ਵੱਖ ਵੱਖ ਟੀਮਾਂ ਬਣਾਈਆਂ ਗਈਆਂ ਅਤੇ ਦੋ ਰੇਡਾਂ ਕੀਤੀਆਂ ਗਈਆਂ। ਇਸ ਦੌਰਾਨ ਕੁੱਲ 11 ਗ੍ਰਿਫਤਾਰੀਆਂ ਹੋਈਆਂ ਨੇ, ਇੱਕਣਾ ਹੀ ਦੌੜਾਂ ਹੀ ਪੂਰੀਆਂ 11 ਗ੍ਰਿਫਤਾਰੀਆਂ। ਸੋ ਪੁਲਿਸ ਨੇ ਇਹਨਾਂ ਦਾ ਰਿਮਾਂਡ ਲੈ ਲਿਆ ਅਤੇ ਅਗਲੀ ਪੜਤਾਲ ਹੋ ਗਈ ਹੈ ਸ਼ੁਰੂ ਕਿ ਆਖਿਰਕਾਰ ਇਸ ਧੰਦੇ ਦੇ ਪਿੱਛੇ ਕੌਣ ਕੌਣ ਲੋਕ ਸ਼ਾਮਲ ਸੀ। ਤੁਸੀਂ ਆਪ ਹੀ ਦੇਖ ਲਵੋ, ਪੂਰੀ ਜਾਣਕਾਰੀ ਦੇ ਰਹੇ ਨੇ ਫਗਵਾੜਾ ਦੇ SHO। ਦੈਨਿਕ ਮੇਲ ਪੰਜਾਬੀ TV ਦੇ ਲਈ ਜਤਿੰਦਰਪਾਲ ਖਲੇਰ ਦੀ ਰਿਪੋਰਟ। ਸਰ ਕੀ ਮਾਮਲਾ ਜੀ ਜਿਹੜਾ ਇੱਕ? ਹਾਂਜੀ, ਅਸੀਂ ਇਹ ਦੋ ਮੁਕੱਦਮੇ ਦਰਜ ਕੀਤੇ ਨੇ, 212 ਨੰਬਰ ਅਤੇ 214 ਨੰਬਰ, ਜਿਸ ਵਿੱਚ ਇੱਥੇ ਚੋਰੀ ਚੁੱਕ ਕੇ ਸਪਾ ਸੈਂਟਰ ਚੱਲਦੇ ਸੀ, ਜਿੱਥੇ ਜੋ ਇਹਨਾਂ ਦੇ ਮਾਲਕ ਸੀ ਉੱਥੇ ਕੁੜੀਆਂ ਨੂੰ ਰੱਖਦੇ ਸੀ ਅਤੇ ਉਹਨਾਂ ਨੂੰ ਬੇਲਾ ਖੁਲਾਸਾ ਆ ਕੇ ਉਹਨਾਂ ਨੂੰ ਪੈਸੇ ਵੀ ਦਿੰਦੇ ਸੀ, ਕਮਿਸ਼ਨ ਵੀ ਦਿੰਦੇ ਸੀ ਅਤੇ ਉਹਨਾਂ ਨੂੰ ਆਪਣੇ ਨਾਲ ਵੀ ਮਿਲਾ ਲਿਆ ਸੀ ਇਹਨਾਂ ਨੇ ਅਤੇ ਇਹ ਵਪਾਰ ਦਾ ਧੰਦਾ ਚੱਲਦਾ ਸੀ। ਜਿਸ ਸੰਬੰਧੀ ਅਸੀਂ ਰੇਡਾਂ ਕੀਤੀਆਂ, ਜਿਸ ਸੰਬੰਧੀ ਅਸੀਂ ਦੋ ਪਰਚੇ ਦਰਜ ਕੀਤੇ ਨੇ, 212 ਨੰਬਰ ਅਤੇ 214 ਨੰਬਰ, ਇਹਦੇ 'ਚ ਅਸੀਂ ਟੋਟਲ 11 ਗ੍ਰਿਫਤਾਰੀਆਂ ਕਰੀਆਂ ਨੇ ਅਤੇ ਸਾਡੇ ਕੋਲ ਰਿਮਾਂਡ 'ਤੇ ਨੇ, ਅਜੇ ਹੋਰ ਵੀ ਪਤਾ ਲਗਾ ਰਹੇ ਹਾਂ ਅਤੇ ਕਿੱਡਾ ਕੁ ਵੱਡਾ ਸਕੈਂਡਲ ਹੈ ਜਿੱਥੋਂ ਅਸੀਂ ਸਾਰਾ ਕੁਛ ਪਤਾ ਕਰਾ ਕੇ ਅਗਲੀ ਕਾਰਵਾਈ ਅਮਲ 'ਚ ਲਿਆਉਂਦੇ ਹਾਂ। ਅਤੇ ਸਰ ਸੈਂਟਰ ਵਗੈਰਾ ਇਹਨਾਂ ਦੇ ਕਿੱਥੇ ਕੁਛ ਪਤਾ? ਇੱਕ ਹਰਗੋਬਿੰਦ ਨਗਰ ਹੈ ਜੀ, ਇੱਕ ਇੱਥੇ ਪੁਰਾਣੀ ਸਬਜ਼ੀ ਮੰਡੀ ਸੀ।